ਹਾਂਜੀ ਤੁਸੀਂ ਦੇਖ ਰਹੇ ਹੋ ਜੀ ਆਪਣਾ ਹਸਤੂਰ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਬਾਕੀ ਇਥੇ ਦੱਸ ਜੀ ਕਿ ਜਿਹੜਾ ਚੈਨਲ ਹੈ ਜੀ ਕਿਹੋ ਜਿਹਾ ਚੈਨਲ ਹੈ ਜਿਹਦੇ ਉੱਤੇ ਤੁਸੀਂ ਜੇ ਯੂਰਪ ਦੇ ਵਿੱਚ ਰਹਿੰਦੇ ਹੋ ਜਾਂ ਇਟਲੀ ਦੇ ਵਿੱਚ ਖਾਸ ਕਰ ਤੇ ਤੁਹਾਡੇ ਇੱਥੇ ਰਹਿਣ ਦੇ ਨਾਲ ਜਿਹੜੀਆਂ ਸੰਬੰਧਿਤ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਹੁੰਦੀਆਂ ਨੇ। ਕਈ ਵਾਰ ਬੰਦਾ ਉਹਨਾਂ ਜਾਣਕਾਰੀਆਂ ਤੋਂ ਵਾਂਝਾ ਰਹਿ ਜਾਂਦਾ ਹੈ। ਸੋ ਕੋਸ਼ਿਸ਼ ਕਰਦੀ ਹੈ ਕਿ ਜਿਹੜੀਆਂ ਮੁੱਢਲੀਆਂ ਜਾਣਕਾਰੀਆਂ ਤੁਹਾਨੂੰ ਬੇਸ਼ੱਕ ਤੁਹਾਨੂੰ ਪਤਾ ਹੋਣ ਜਾਂ ਨਾ ਪਤਾ ਹੋਣ ਪਰੰਤੂ ਅਸੀਂ ਆਪਣੇ ਤੌਰ ਤੇ ਜਿਹੜਾ ਉਪਰਾਲਾ ਕਰੀਦਾ ਹੈ ਕੀ ਜਾਣਕਾਰੀ ਜਿਹੜੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਜਿਹੜੀ ਉਪਲਬਧ ਕਰਵਾਈ ਜਾਵੇ ਨਾਲ ਦੇ ਨਾਲ ਜਿਹੜੀਆਂ ਹੋਰ ਵੀ ਖਬਰਾਂ ਆਉਂਦੀਆਂ ਨੇ ਉਹ ਵੀ ਇਸ ਚੈਨਲ ਦੇ ਉੱਤੇ ਆਉਂਦੀਆਂ ਹਨ ਬਾਕੀ ਕੋਸ਼ਿਸ਼ ਕਰੀਦੀ ਆ ਕਿ ਜਿਹੜੀ ਵੀਡੀਓ ਤੁਹਾਨੂੰ ਦਿਨ ਦੇ ਵਿੱਚ ਇੱਕ ਵੀਡੀਓ ਹੀ ਦਿੱਤੀ ਜਾਵੇ ਦੋ ਵੀਡੀਓ ਨਾ ਦਿੱਤੀਆਂ ਜਾਣ ਬਾਕੀ ਜਿਹੜੇ ਵੀਰ ਸਾਡੇ ਇਟਲੀ ਦੇ ਵਿੱਚ ਕੰਮ ਕਰਦੇ ਹਨ ਭੈਣਾ ਵੀ ਕੰਮ ਕਰਦੀਆਂ ਹਨ ਤੇ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਪਹਿਲਾਂ ਇਟਲੀ ਦੇ ਵਿੱਚ ਜਦੋਂ ਕੋਈ ਵੀ ਬੰਦਾ ਸਟਾਰਟਿੰਗ ਜਿਹੜੀ ਕੰਮ ਦੀ ਕਰਦਾ ਹੈ ਤੇ ਉਸ ਦੀ ਜਿਹੜੀ ਸੈਲਰੀ ਘੱਟ ਹੁੰਦੀ ਹੈ ਹੌਲੀ-ਹੌਲੀ ਸੈਲਰੀ ਉਸ ਦੀ ਵਾਧੀ ਹੈ ਤੇ ਫਿਰ ਕੋਈ ਜਿਹੜਾ ਟਾਈਮ ਵੀ ਆਉਂਦਾ ਹੈ ਕਿ ਸੈਲਰੀ ਜਿਹੜੀ ਦੁਆਰਾ ਕੱਢਣੀ ਸ਼ੁਰੂ ਹੋ ਜਾਂਦੀ ਹੈ। ਹੁਣ ਜਿਹੜੀ ਸੈਲਰੀ ਦੁਆਰਾ ਘਟਦੀ ਕਿਉਂ ਇਹਦੇ ਬਾਰੇ ਵੀ ਤੁਹਾਨੂੰ ਇਸ ਵੀਡੀਓ ਵਿੱਚ ਹੀ ਦੱਸਣਾ ਹੈ। ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਜਿਹੜੇ ਕਮੈਂਟ ਕੀਤੇ ਹਨ ਤੇ ਬਹੁਤ ਸਾਰੇ ਵੀਰ ਜਿੱਦਾਂ ਕੀ ਗੱਲ ਪੁੱਛਿਆ ਸੀ ਕਿ ਵਨੇਸ਼ੀਆ ਦੇ ਵਿੱਚ ਕਿਹੜੇ-ਕਿਹੜੇ ਵੀਰ ਗਏ ਹਨ। ਬਹੁਤੇ ਵੀਰਾਂ ਦੇ ਕਮੈਂਟ ਆਏ ਹਨ ਉਹਨਾਂ ਦੇ ਨਾਮ ਵੀ ਲਾਸਟ ਵਿੱਚ ਬੋਲਾਂਗੇ। ਹੁਣ ਗੱਲ ਕਰੀਏ ਜੀ ਜਦੋਂ ਬੰਦਾ ਇਟਲੀ ਦੇ ਵਿੱਚ ਕੰਮ ਦੇ ਉੱਤੇ ਲੱਗਦਾ ਹੈ ਤਾਂ ਜਿਹੜਾ ਉਸ ਦਾ ਲੈਵਲੋ ਹੁੰਦਾ ਹੈ। ਉਸ ਨੂੰ ਜਿਹੜਾ ਬਿਲਕੁਲ ਹੇਠਲਾ ਲੈ ਦੀ ਟਰਮੀਨਾ ਤੋਂ ਜਿਹੜਾ ਕੰਟਰੈਕਟ ਹੁੰਦਾ ਜਿਹਨੂੰ ਆਪਾਂ ਜਿੱਦਾਂ ਕੀ ਕਹਿ ਸਕਦੇ ਆ ਇੱਕ ਇੱਕ ਟਾਈਮ ਲਿਮਿਟ ਜਿਸ ਕੰਟਰੈਕਟੋ ਦੀ ਹੁੰਦੀ ਹੈ ਉਹਦੇ ਉੱਤੇ ਹੀ ਬੰਦਾ ਕੰਮ ਕਰਦਾ ਹੈ ਅਗਰ ਬੰਦਾ ਚੰਗਾ ਕੰਮ ਕਰ ਰਿਹਾ ਹੈ ਫੈਕਟਰੀ ਵਾਲੇ ਜਾਂ ਜੋ ਵੀ ਜਿੱਥੇ ਤੁਸੀਂ ਕੰਮ ਕਰੋ ਤੁਹਾਡਾ ਜਿਹੜਾ ਮਾਲਕ ਜਾਂ ਸੁਪਰਵਾਈਜ਼ਰ ਅਗਰ ਉਸਨੂੰ ਲੱਗਦਾ ਹੈ ਕਿ ਤੁਸੀਂ ਸਹੀ ਕੰਮ ਕਰ ਰਹੇ ਹੋ ਤਾਂ ਫਿਰ ਜਿਹੜੀ ਤੁਹਾਡੀ ਸਿਫਾਰਿਸ਼ ਅੱਗੇ ਕੀਤੀ ਜਾਂਦੀ ਹੈ ਫਿਰ ਹੌਲੀ ਹੌਲੀ ਜਿਹੜਾ ਪੱਕਾ ਕੰਟੈਕਟ ਵੀ ਬੰਦੇ ਨੂੰ ਮਿਲਦਾ ਜਿਸਨੂੰ ਕੰਟਰੈਕਟੂ ਫੀਸੋ ਇਟਲੀ ਦੇ ਵਿੱਚ ਕਿਹਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਇਸਨੂੰ ਪਰਮਾਨੈਂਟ ਕੰਟਰੈਕਟ ਕਹਿੰਦੇ ਹਨ ਜਦੋਂ ਤੁਹਾਡੇ ਕੋਲ ਇੱਕ ਵਾਰ ਜਿਹੜਾ ਕੰਟਰਾ ਤੂਫੀਸੋ ਆ ਜਾਂਦਾ ਤੇ ਫਿਰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਸਭ ਤੋਂ ਵੱਡਾ ਫਾਇਦਾ ਉਹਨਾਂ ਵੀਰਾਂ ਨੂੰ ਹੁੰਦਾ ਜਿਨ੍ਹਾਂ ਨੇ ਆਪਣੀਆਂ ਫੈਮਲੀਆ ਇੰਡੀਆ ਦੇ ਵਿੱਚੋਂ ਮੰਗਵਾਉਣੀਆਂ ਹਨ ਉਹਨਾਂ ਦੇ ਵਾਸਤੇ ਬਹੁਤ ਆਸਾਨ ਹੋ ਜਾਂਦਾ ਹੈ ਬਾਕੀ ਦੂਸਰਾ ਨੰਬਰ ਉਹਨਾਂ ਵਾਸਤੇ ਵੀ ਆਸਾਨ ਹੁੰਦਾ ਜਿਨ੍ਹਾਂ ਨੇ ਕੋਈ ਇੱਥੇ ਲੋਨ ਵਗੈਰਾ ਲੈਣਾ ਹੁੰਦਾ ਹੈ ਲੋਨ ਮਕਾਨ ਦੇ ਵਾਸਤੇ ਵੀ ਹੋ ਸਕਦਾ ਹੈ ਕਿਸੇ ਨੇ ਗੱਡੀ ਲੈਣੀ ਹੈ ਤਾਂ ਤੇ ਵੀ ਇਸ ਚੀਜ਼ ਨੂੰ ਦੇਖਿਆ ਜਾਂਦਾ ਹੈ ਜਾਂ ਫਿਰ ਤੁਸੀਂ ਕੋਈ ਸਕੂਟਰ ਵਗੈਰਾ ਲੈਣਾ ਹੈ ਕੋਈ ਵੀ ਮਤਲਬ ਕੰਮ ਕਰਨਾ ਹੈ ਕੋਈ ਬੈਂਕ ਦੇ ਨਾਲ ਸੰਬੰਧਿਤ ਕਰਜ਼ਾ ਵਗੈਰਾ ਲੈਣਾ ਹੈ ਤੋ ਉਸ ਟਾਈਮ ਜਿਹੜਾ ਕੰਟਰੈਕਟ ਤੂਫੀ ਸੋ ਕਾਫੀ ਮਾਇਨੇ ਰੱਖਾਉਂਦਾ ਹੈ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਪਹਿਲਾਂ ਸੈਲਰੀ ਘਟ ਘੱਡੀ ਹੁੰਦੀ ਹੈ ਫਿਰ ਵਧਦੀ ਹੈ ਤੇ ਫਿਰ ਦੁਬਾਰਾ ਘਟਦੀ ਹੈ ਹੁਣ ਇਸ ਮੁੱਦੇ ਦੇ ਉੱਤੇ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਰਿਹਾ ਜੋ ਤੁਸੀਂ ਕੰਮ ਦੇ ਉੱਤੇ ਲੱਗਦੇ ਹੋ ਉਹ ਜਿਹੜੀ ਸੈਲਰੀ ਹੈ ਜੀ ਪਹਿਲਾਂ ਮਿਨੀਮਮ ਸੈਲਰੀ ਹੁੰਦੀ ਹੈ ਹੌਲੀ ਹੌਲੀ ਉਹਦੇ ਵਿੱਚ ਸਕਾਤੀਆਂ ਵਗੈਰਾ ਜੋੜ ਦੀਆਂ ਹਨ ਜਿਦਾਂ ਕਿ ਕੁਝ ਕੁਝ ਪੇਮੈਂਟ ਜਿਹੜੀ ਵਧਾਈ ਜਾਂਦੀ ਹੈ ਕੁਝ ਸੈਂਟੀਆਂ ਦੇ ਹਿਸਾਬ ਦੇ ਨਾਲ ਜਿਹਨੂੰ ਆਪਾਂ ਇਟਾਲੀਨ ਵਿੱਚ ਚੰਤੇਜ਼ਮੀ ਕਹਿੰਦੇ ਹਾਂ ਉਸ ਤੋਂ ਬਾਅਦ ਜੋ ਤੁਸੀਂ ਫੈਮਿਲੀ ਵਗੈਰਾ ਇਟਲੀ ਦੇ ਵਿੱਚ ਤੇ ਵਾਈਫ ਦੇ ਪੈਸੇ ਥੋੜੀ-ਬਹੁਤ ਬੱਚਿਆਂ ਦੇ ਪੈਸੇ ਜਿਹੜੇ ਕਿ ਹੁਣ ਹੀ ਥੋੜੇ ਸਮੇਂ ਤੋਂ ਜਿਹੜਾ ਸੈਨ ਯੂਨਿਕੋ ਇੱਕ ਚੰਗੀ ਰਕਮ ਜਿਹੜੀ ਲੋਕਾਂ ਨੂੰ ਮਿਲ ਰਹੀ ਹੈ ਜਿਨ੍ਹਾਂ ਦੇ ਜਿਹੜੇ ਛੋਟੇ ਬੱਚੇ ਹਨ ਇੱਥੇ ਯਾਦ ਰੱਖਿਓ ਕਿ ਤੁਹਾਡੇ ਬੱਚੇ ਜਿੰਨੇ ਜ਼ਿਆਦਾ ਛੋਟੇ ਹੋਣਗੇ ਪੈਸੇ ਉਹਨੇ ਹੀ ਜ਼ਿਆਦਾ ਲੱਗਦੇ ਹਨ ਤੇ ਜਦੋਂ ਬੱਚਾ ਜਿਹੜਾ ਵੱਡਾ ਹੋ ਜਾਂਦਾ ਹੈ ਉਸ ਤੋਂ ਬਾਅਦ ਸੈਲਰੀ ਘਟਣ ਦਾ ਕੀ ਕਾਰਨ ਹੁੰਦਾ ਹੈ ਕਿ ਜਦੋਂ ਜਿਹੜਾ ਬੱਚਾ ਵੱਡਾ ਹੋ ਜਾਂਦਾ ਹੈ ਇੱਕ ਤਾਂ ਸੈਲਰੀ ਤੁਹਾਡੀ ਟਾਈਮ ਪੀਰੀਅਡ ਦੇ ਨਾਲ ਵੱਧ ਜਾਂਦੀ ਹੈ ਸਕੱਤੀਆਂ ਵਗੈਰਾ ਵਿੱਚ ਜੁੜ ਜਾਂਦੀਆਂ ਹਨ ਫੀਰੀਕ ਸਮੇਂ ਹੋ ਜਾਂਦਾ ਕਿ ਇਸ ਕਾਤੀਆਂ ਜਿਹੜੀਆਂ ਖਤਮ ਹੋ ਜਾਂਦੀਆਂ ਤੇ ਉਸ ਟਾਈਮ ਸੈਲਰੀ ਦਾ ਵੀ ਸਟਾਪ ਲੱਗ ਜਾਂਦਾ ਹੈ ਜੇ ਕੋਈ ਸਰਕਾਰ ਪਿੱਛੋਂ ਹੀ ਕੋਈ ਆਰਡਰ ਜਾਰੀ ਕਰਦੀ ਹੈ ਤਾਂ ਉਸ ਟਾਈਮ ਸੈਲਰੀ ਜਿਹੜੀ ਵੱਧਦੀ ਹੈ ਨਾਰਮਲ ਤੌਰ ਤੇ ਇਸ ਕਾਤੀਆਂ ਜਿਹੜੀਆਂ ਖਤਮ ਹੋ ਜਾਂਦੀਆਂ ਤੇ ਦੂਸਰੇ ਨੰਬਰ ਦੇ ਤੇ ਜਦੋਂ ਤੁਹਾਡੇ ਬੱਚੇ ਵੱਡੇ ਹੋ ਜਾਂਦੇ ਆ ਜਿਹੜਾ ਸੈਨੀਓਨਿਕ ਹੁੰਦਾ ਹੈ ਬੱਚਿਆਂ ਦੇ ਪੈਸੇ ਉਹ ਵੀ ਬੰਦ ਹੋ ਜਾਂਦੇ ਨੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਸੈਲਰੀ ਹੈ ਜੀ ਜੇ ਤੁਸੀਂ ਪਹਿਲਾਂ ਜਿਆਦਾ ਪੈਸੇ ਚੁੱਕਦੇ ਸੀ ਤੇ ਬਾਅਦ ਵਿੱਚ ਜਿਹੜੇ ਪੈਸੇ ਘਟਨੇ ਸ਼ੁਰੂ ਹੋ ਜਾਂਦੇ ਹਨ ਇਹ ਹੀ ਕਾਰਨ ਹੈ ਇਟਲੀ ਵਿੱਚ ਤਨਖਾਹ ਘਟਣ ਦਾ ਯੂਰੋ ਦੀ ਰੇਟ ਜਿਹੜਾ ਦੁਬਾਰਾ 88.95 ਪੈਸੇ ਦੇ ਉੱਤੇ ਆ ਚੁੱਕਾ ਹੈ ਫਿਲਹਾਲ ਜਿਹੜਾ ਹੈ ਸਹੀ ਰੇਟ ਨਹੀਂ ਹੈ ਥੋੜਾ ਜਿਹੜਾ ਵੇਟ ਬੰਦੀ ਨੂੰ ਕਰਨਾ ਚਾਹੀਦਾ ਹੈ ਜੇ ਵੀਰ ਨੇ ਕਿਸੇ ਨੇ ਇੰਡੀਆ ਦੇ ਵਿੱਚ ਪੈਸਾ ਭੇਜਣਾ ਹੈ ਬਾਕੀ ਗੱਲ ਕਰ ਲਈਏ ਇੱਕ ਜਿਹੜੀ ਹੋਰ ਬਹੁਤ ਹੀ ਖਾਸ ਗੱਲ ਹੈ ਇੱਕ ਆਦਮੀ ਜਿਹੜਾ ਕਿ ਕੈਨੇਡਾ ਦੇ ਵਿੱਚ ਜਾਣਾ ਚਾਹੁੰਦਾ ਸੀ ਆਪਣੇ ਪਰਿਵਾਰ ਸਮੇਤ 1 ਕਰੋੜ 76 ਲੱਖ ਦੀ ਜਿਹੜੀ ਠੱਗੀ ਉਸਦੇ ਨਾਲ ਵਜੀ ਹੈ ਇੱਥੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਕਿ ਉਸਦੇ ਆਦਮੀ ਦੇ ਕੋਲ ਜਿਸਦੇ ਕੋਲ 1 ਕਰੋੜ 76 ਲੱਖ ਜਿਸ ਨੇ ਕਿ ਏਜੰਟ ਨੂੰ ਦੇ ਦਿੱਤਾ ਮਤਲਬ ਇਹ ਸੀ ਕਿ ਜੇਕਰ ਉਹ ਇੰਡੀਆ ਦੇ ਵਿੱਚ ਵੀ ਆਪਣਾ ਰੋਜੀ ਰੋਟੀ ਕਮਾਉਣ ਦੀ ਕੋਸ਼ਿਸ਼ ਕਰ ਦਿੱਤੇ ਤਾਂ ਕਿ ਯਾਰਾ ਵਧੀਆ ਚੱਲ ਸਕਦਾ ਸੀ ਪਰੰਤੂ ਬਾਹਰ ਦੇ ਚੱਕਰਾਂ ਦੇ ਵਿੱਚ ਬਸ ਲੋਕਾਂ ਦੇ ਨਾਲ ਇਹੋ ਜਿਹਾ ਕੰਮ ਹੋ ਹੀ ਜਾਂਦਾ ਹੈ ਬਾਕੀ ਦੁਨੀਆ ਦੇ ਵਿੱਚ ਤੁਸੀਂ ਬਹੁਤ ਸਾਰੇ ਦੇਸ਼ ਸੁਣੇ ਹੋਣਗੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਜਰਮਨ ਫਰਾਂਸ ਇਟਲੀ ਪੁਰਤਗਾਲ ਸਪੇਨ ਦੁਬਈ ਅਬੂਦਾਬੀ ਸਾਊਦੀ ਅਰਬ ਜਿੱਥੇ ਕਿ ਆਪਣੇ ਜ਼ਿਆਦਾਤਰ ਲੋਕ ਜਿਹੜੇ ਇੰਡੀਆ ਦੇ ਵਿੱਚੋਂ ਜਾਂਦੇ ਹਨ ਜੇ ਪੰਜਾਬੀਆਂ ਦੀ ਗੱਲ ਕਰੀ ਤੇ ਇਹਨਾਂ ਦੇ ਵਾਸਤੇ ਜਿਹੜਾ ਕੈਨੇਡਾ ਨੰਬਰ 1 ਦੇ ਉੱਤੇ ਚੱਲ ਰਿਹਾ ਹੈ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਜੇ ਕੋਈ ਬੰਦਾ ਕੈਨੇਡਾ ਦੇ ਬਾਰੇ ਸੋਚਦਾ ਹੈ ਤਾਂ ਉਹ ਇਟਲੀ ਨੂੰ ਅਣਗੌਲਿਆ ਕਰ ਦਿੰਦਾ ਹੈ ਕਈਆਂ ਨੂੰ ਲੱਗਦਾ ਹੈ ਕਿ ਜਿਹੜਾ ਕੈਨੇਡਾ ਜਾਂ ਇੰਗਲੈਂਡ ਹੈ ਜੀ ਇਟਲੀ ਤੋਂ ਕਿਤੇ ਉੱਪਰ ਹੈ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇੱਕ ਬੰਦਾ ਜਿਹੜਾ ਹੈ ਟੱਬਰ ਨੂੰ ਪਾਲਣਾ ਉਸਦੇ ਵਾਸਤੇ ਔਖਾ ਹੁੰਦਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਜਿੰਨੀ ਕਿ ਸੈਲਰੀ ਮਿਲਦੀ ਹੈ ਉਹਦੇ ਨਾਲ ਜਿਹੜੇ ਘਰਾਂ ਦੇ ਕਿਰਾਏ ਜੀ ਉਹਦੇ ਅਕੋਰਡਿੰਗ ਦੇਖੀ ਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਤਕਰੀਬਨ ਤੁਸੀਂ ਜ਼ਿਆ ਜਹਾਤਰ ਲੋਕਾਂ ਦੇ ਕੋਲ ਜਿਹੜੀ ਰੈਸ਼ ਹੈ ਜੀ ਬੇਸਮੈਂਟਾਂ ਦੇ ਵਿੱਚ ਹੁੰਦੀ ਹੈ ਹੁਣ ਤੁਸੀਂ ਇੰਡੀਆ ਦੇ ਵਿੱਚ ਨਿਗਾਹ ਮਾਰ ਕੇ ਦੇਖੋਗੇ ਤੁਹਾਨੂੰ ਬੇਸਮੈਂਟਾਂ ਵਗੈਰਾ ਕੋਈ ਵੀ ਘਰਾਂ ਦੇ ਵਿੱਚ ਨਹੀਂ ਬਣਾਉਂਦਾ ਤੇ ਨਾ ਹੀ ਅਗਰ ਕੋਈ ਬੇਸਮੈਂਟ ਦੇ ਵਿੱਚ ਕੋਈ ਤੁਹਾਨੂੰ ਕਹਿੰਦਾ ਹੈ ਤੇ ਤੁਸੀਂ ਰਹਿਣ ਵਾਸਤੇ ਤਿਆਰ ਹੁੰਦੇ ਹੋ ਪਰੰਤੂ ਕੈਨੇਡਾ ਦੇ ਵਿੱਚ ਤੁਹਾਨੂੰ ਬੇਸਮੈਂਟਾਂ ਦੇ ਵਿੱਚ ਹੀ ਰਹਿਣਾ ਪੈਂਦਾ ਹੈ ਹੁਣ ਜੇ ਆਪਾਂ ਗੱਲ ਕਰੀਏ ਕੰਪੈਰੀਜ਼ਨ ਟੂ ਇਟਲੀ ਇਟਲੀ ਦੇ ਵਿੱਚ ਤੁਹਾਨੂੰ ਜਿਹੜੀਆਂ ਬੇਸਮੈਂਟਾਂ ਵਗੈਰਾ ਨਹੀਂ ਮਿਲਦੀਆਂ ਇਟਲੀ ਦੇ ਵਿੱਚ ਅਗਰ ਇੱਕ ਬੰਦਾ ਵੀ ਪਰਿਵਾਰ ਦੇ ਵਿੱਚੋਂ ਕੰਮ ਕਰ ਰਿਹਾ ਹੈ ਤੋਂ 5-6 ਬੰਦਿਆਂ ਨੂੰ ਵੀ ਜਿਹੜਾ ਆਰਾਮ ਦੇ ਨਾਲ ਉਹ ਕੀ ਕੈਨੇਡਾ ਅਮਰੀਕਾ ਜਾਂ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਦੇ ਵਿੱਚ ਜਿਹੜੀ ਇਟਲੀ ਦੇ ਵਿੱਚ ਸਰਕਾਰ ਨੇ ਇੱਕ ਜਿਹੜਾ ਲੈਵਲ ਤੈਅ ਕੀਤਾ ਹੋਇਆ ਹੈ ਕਿ ਜਿਹੜੇ ਘਰਾਂ ਦੇ ਕਿਰਾਏ ਹਨ ਉਹ ਜਿੰਦਾ ਤੁਹਾਡੀ ਤਨਖਾਹ ਹੁੰਦੀ ਉਸ ਦਾ ਤੀਸਰੇ ਹਿੱਸੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਤੁਸੀਂ ਜਦੋਂ ਬੈਂਕ ਦੇ ਵਿੱਚੋਂ ਲੋਨ ਲੈਂਦੇ ਹੋ ਤੇ ਬੈਂਕ ਵੀ ਇਹੀ ਦੇਖਦੀ ਹੈ ਕਿ ਤੁਹਾਡੀ ਜਿਹੜੀ ਸੈਲਰੀ ਕਿੰਨੀ ਹੈ ਤੇ ਕਿਸ ਜਿਹੜੀ ਉਸ ਦੇ ਤੀਸਰੇ ਹਿੱਸੇ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਇਟਲੀ ਦੇ ਵਿੱਚ ਜੇ ਆਪਾਂ ਕੰਪੈਰੀਜ਼ਨ ਕਰੀਏ ਹੋਰਨਾਂ ਚੀਜ਼ਾਂ ਦੇ ਵਿੱਚ ਵੀ ਤੇ ਇੱਕ ਤਾਂ ਕਿਰਾਏ ਬਾਕੀ ਮੁਲਕਾਂ ਦੇ ਮੁਕਾਬਲੇ ਘੱਟ ਹਨ ਬਾਕੀ ਜਿਹੜਾ ਖਾਣ ਪੀਣ ਦਾ ਸਮਾਨ ਹੈ ਉਹ ਵੀ ਸਸਤਾ ਹੈ ਬੇਸ਼ੱਕ ਹੁਣ ਦੇ ਯੁੱਗ ਦੀ ਵਿੱਚ ਆਪਾਂ ਹੋਂ ਗੱਲ ਕਰੀ ਇੱਕ ਦੋ ਸਾਲਾਂ ਦੀ ਵਿੱਚ ਜਿਹੜੇ ਰੇਟ ਕਾਫੀ ਵਧੇ ਹਨ ਸੋ ਇਸੇ ਕਰਕੇ ਜਿਹੜੇ ਜ਼ਿਆਦਾਤਰ ਲੋਕ ਹਨ ਇਟਲੀ ਨੂੰ ਕੈਨੇਡਾ ਅਮਰੀਕਾ ਦੇ ਉੱਪਰੋਂ ਵੀ ਜ਼ਿਆਦਾ ਤਰਜੀਹ ਇਟਲੀ ਨੂੰ ਦਿੰਦੇ ਹਨ ਤੇ ਬਹੁਤੇ ਲੋਕ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਵੀ ਇੱਥੇ ਇਟਲੀ ਦੇ ਵਿੱਚ ਲਈ ਹੋਈ ਹੈ ਉਹ ਕੈਨੇਡਾ ਵਗੈਰਾ ਦੇ ਵਿੱਚ ਘੁੰਮ ਕੇ ਇੱਥੇ ਵਾਪਸ ਆ ਚੁੱਕੇ ਹਨ ਉਹ ਕਹਿੰਦੇ ਨੇ ਕਿ ਉੱਥੇ ਜਿਹੜੇ ਸਾਰੇ ਪਰਿਵਾਰ ਨੂੰ ਕੰਮ ਕਰਨਾ ਪੈਂਦਾ ਤੇ ਇਟਲੀ ਦੇ ਵਿੱਚ ਇੱਕ ਬੰਦਾ ਹੀ ਕੰਮ ਕਰਕੇ ਪਰਿਵਾਰ ਨੂੰ ਰੋਟੀ ਖਿਲਾ ਸਕਦਾ ਹੈ ਬਾਕੀ ਜਿਹੜੀ ਇਹਦੇ ਬਾਰੇ ਜੋ ਤੁਹਾਡੇ ਵਿਚਾਰ ਹਨ ਤੁਸੀਂ ਕਮੈਂਟ ਦੇ ਵਿੱਚ ਜੋ ਦੱਸ ਸਕਦੇ ਹੋ ਬਾਕੀ ਗੱਲ ਕਰ ਲਈ ਆਸਟ੍ਰੇਲੀਆ ਦੀ ਯੂਨੀਵਰਸਿਟੀਆਂ ਦੀ ਜਿਵੇਂ ਕਿ ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਜਿਨ੍ਹਾਂ ਨੇ ਪੰਜਾਬ ਹਰਿਆਣਾ ਸਮੇਤ 6 ਜਿਹੜੇ ਰਾਜਸਥਾਨ ਇੰਡੀਆ ਦੇ ਇਹਨਾਂ ਦੇ ਸਟੂਡੈਂਟ ਇਹਨਾਂ ਦੇ ਦਾਖਲੇ ਦੇ ਉੱਤੇ ਪਹੁੰਚ ਦੀ ਲਗਾਉਣ ਦਾ ਜਿਹੜਾ ਮਾਮਲਾ ਜਿਹਦੇ ਵਿੱਚ ਇਹਨਾਂ ਦੇ ਬਿਆਨ ਆਏ ਸਨ ਉਹਦੇ ਉੱਤੇ ਜਿਹੜਾ ਆਪਣਾ ਯੂ ਟਰਨ ਲਿਆ ਹੈ ਟੋਟਲ ਯੂਨੀਵਰਸਿਟੀਆਂ 7 ਹਨ ਜਿਨ੍ਹਾਂ ਨੇ ਜਿਹੜੀ ਪੌਨਦੀ ਇਸ ਤਰ੍ਹਾਂ ਦੀ ਲਾਈ ਹੈ ਨਾ ਵਿੱਚੋਂ ਦੋ ਯੂਨੀਵਰਸਿਟੀਆਂ ਜਿਹੜੀਆਂ ਹਨ ਜੀ ਉਹਨਾਂ ਨੇ ਯੂ ਟਰਨ ਲੈ ਲਿਆ ਹੈ ਹੁਣ ਇਹਦੇ ਵਿੱਚ ਜਿਹੜਾ ਯੂ ਟਰਨ ਇਸ ਕਰਕੇ ਲਿਆ ਗਿਆ ਹੈ ਕਿ ਕਿ ਆਸਟ੍ਰੇਲੀਆ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਚੁੱਕਾ ਹੈ ਕਿ ਇੰਡੀਆ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਸਟੂਡੈਂਟ ਹਨ ਉਹ ਇਹਨਾਂ 6 ਰਾਜਾਂ ਦੇ ਵਿੱਚੋਂ ਹੀ ਜਾਂਦੇ ਹਨ ਜੇ ਆਸਟ੍ਰੇਲੀਆ ਦੇ ਵੀ ਜਿਹੜੇ ਸਟੂਡੈਂਟ ਉਹ ਬੰਦ ਲਾਉਂਦੇ ਹਨ ਤੇ ਆਸਟ੍ਰੇਲੀਆ ਵਿੱਚ ਜਿਹੜੀ ਸਟੂਡੈਂਟ ਦੀ ਕਮੀ ਹੋ ਸਕਦੀ ਹੈ ਸੋ ਉਸਨੇ ਇਸ ਚੀਜ਼ ਨੂੰ ਸਮਝਦਿਆਂ ਜਿਹੜਾ ਆਪਣਾ ਜਿਹੜਾ ਫੈਸਲਾ ਹੈ ਜੀ ਦੋ ਯੂਨੀਵਰਸਿਟੀਆਂ ਕਿਉਂਕਿ ਓਵਰਆਲ ਜਿਹੜਾ ਹੈ ਜੀ ਹਰ ਬੰਦਾ ਅੱਜਕੱਲ ਦੇ ਯੁੱਗ ਦੇ ਵਿੱਚ ਆਪਣਾ ਪ੍ਰੋਫਿਟ ਦੇਖਦਾ ਹੈ ਗੱਲ ਕਰ ਲਈਏ ਇੱਕ ਪੰਜਾਬੀ ਨੌਜਵਾਨ ਦੀ ਜਿਸਨੇ ਸੋਚਿਆ ਕਿ ਉਹ ਆਪਣੇ ਚੰਗੇ ਫਿਊਚਰ ਦੇ ਵਾਸਤੇ ਚੰਗੇ ਪੇਖ ਦੇ ਵਾਸਤੇ ਬਾਹਰ ਜਾਏਗਾ ਤੇ ਇਟਲੀ ਦੇ ਵਿੱਚ ਆਉਂਦਾ ਹੈ ਇਹ ਨੌਜਵਾਨ ਫਲੋਰ ਦੇ ਲਾਗੇ ਇੱਕ ਪਿੰਡ ਪੈਂਦੇ ਦਸਾਂਝ ਖੁਰਦ ਇੱਥੋਂ ਦਾ ਰਹਿਣ ਵਾਲਾ ਸੀ ਇਸ ਨੌਜਵਾਨ ਦੀ ਜਿਹੜੀ ਡੈਥ ਹੋ ਜਾਂਦੀ ਹੈ ਇਟਲੀ ਦਾ ਐਰਬਾ ਸ਼ੇਅਰ ਦੇ ਵਿੱਚ ਇਸ ਲੜਕੇ ਦਾ ਨਾਮ ਜਿਹੜਾ ਨਵਜੋਤ ਸਿੰਘ ਇਸ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਹੈ ਨਹਿਰ ਦੇ ਨੇੜੇ ਪੁਲ ਦੇ ਨੇੜੇ ਤੋਂ ਮਿਲਦੀ ਹੈ ਜਿਹੜਾ ਕਿ ਅਰਬਾ ਸ਼ਹਿਰ ਦੇ ਵਿੱਚ ਪੈਂਦਾ ਹੈ। ਬਾਕੀ ਦੱਸਿਆ ਗਿਆ ਕਿ ਡੈਥ ਜਿਹੜੀ ਪਹਿਲਾਂ ਹੀ ਹੋ ਚੁੱਕੀ ਸੀ। ਇਸ ਨੌਜਵਾਨ ਦੀ ਉਮਰ 39 ਸਾਲ ਦੀ ਸੀ ਤੇ ਉਹ ਆਪਣੇ ਪਿੱਛੇ ਆਪਣੇ ਮਾਤਾ ਪਿਤਾ, ਪਤਨੀ ਤੇ ਪੁੱਤਰ ਨੂੰ ਛੱਡ ਗਿਆ ਹੈ। ਹਾਂਜੀ ਹੁਣ ਗੱਲ ਕਰ ਲਈ ਜੀ ਨੈਕਸਟ ਖਬਰ ਦੀ ਇਟਲੀ ਦੇ ਉੱਤਰੀ ਇਟਲੀ ਦੇ ਵਿੱਚ ਝੀਲਾਂ ਤੁਹਾਨੂੰ ਪਤਾ ਕਿ ਬਹੁਤ ਝੀਲਾਂ ਹਨ। ਇੱਧਾ ਕੀਗਾਰਦਾ ਲੈਂਡ ਦੂਜੇ ਪਾਸੇ ਕੋਮੋਲੇ ਕੋ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਝੀਲਾਂ ਹਨ। ਹੁੰਦਾ ਕੀ ਹੈ ਕਿ ਝੀਲ ਦੇ ਵਿੱਚ ਜਿਹੜੀ ਇੱਕ ਕश्ती ਜਿਹੜੇ ਲੋਕੋ ਨੂੰ ਲੇਕੋ ਵਗੈਰਾ ਵੀ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਉੱਥੇ ਕश्तियां ਝੀਲ ਦੇ ਵਿੱਚ ਚਲਦੀਆਂ ਤੇ ਇੱਕ ਕਿਨਾਰੇ ਤੇ ਦੂਜੇ ਕਿਨਾਰੇ ਉੱਤੇ ਲੋਕਾਂ ਨੂੰ ਲਿਜਾਇਆ ਜਾਂਦਾ ਹੈ ਤੇ ਲੋਕ ਪੈਸੇ ਦੇ ਕੇ ਕੁਝ ਵੀ ਆਪਣਾ ਸ਼ੌਂਕ ਵੀ ਪੂਰਾ ਕਰਦੇ ਹਨ ਤੂਫਾਨ ਆ ਜਾਂਦਾ ਹੈ ਅਚਨਕ ਜਿਹੜੀ ਕश्ती ਸੀ ਜਿਹਦੇ ਵਿੱਚ 23 ਲੋਕ ਬੈਠੇ ਹੋਏ ਸਨ ਇਹ ਜਿਹੜੀ ਕश्ती ਹੈ ਜੀ ਪਲਟ ਜਾਂਦੀ ਹੈ ਹਵਾ ਦੀ ਵਜ੍ਹਾ ਦੇ ਨਾਲ ਤੇਜ਼ ਹਵਾ ਦੀ ਵਜ੍ਹਾ ਦੇ ਨਾਲ ਕश्ती ਪਲਟਣ ਤੋਂ ਬਾਅਦ ਜਿਹੜੀਆਂ ਝੀਲ ਦੇ ਵਿੱਚ ਦੱਸਿਆ ਗਿਆ ਕਿ ਚਾਰ ਲਾਸ਼ਾਂ ਜਿਹੜੀਆਂ ਬਰਮਤ ਹੋਈਆਂ ਹਨ ਬਾਕੀ ਹੋਰ ਜਿਹੜੇ 19 ਲੋਕਸਨ ਉਹਨਾਂ ਨੇ ਕੁਝ ਲੋਕਾਂ ਨੇ ਆਪਣੀ ਤੈਰ ਕੇ ਜਾਨ ਬਚਾਈ ਤੇ ਕਈਆਂ ਨੂੰ ਜਿਹੜੀਆਂ ਹੋਰ ਕੇਸਤੀਆਂ ਵਗੈਰਾ ਲੱਗੇ ਸਨ ਉਹਨਾਂ ਨੇ ਇੱਕਦਮ ਜਿਹੜਾ ਰੈਸਕਿਊ ਆਪਰੇਸ਼ਨ ਚਲਾਇਆ ਤੇ ਉਹਨਾਂ ਦੀ ਮਦਦ ਦੇ ਵਾਸਤੇ ਜਿੱਦਾਂ ਵੀ ਜੋ ਵੀ ਬਣ ਪਿਆ ਉਹ ਕੀਤਾ ਇਸ ਤਰ੍ਹਾਂ 19 ਲੋਕਾਂ ਨੂੰ ਜਿਹੜਾ ਬਚਾਇਆ ਗਿਆ ਹੈ ਤੇ ਜਿਹੜੇ ਗੋਤਾਖੋਰ ਸਨ ਉਹਨਾਂ ਨੇ ਵੀ ਤਕਰੀਬਨ ਕਾਫੀ ਸਮਾਂ ਜਿਹੜੀ ਮਿਹਨਤ ਕੀਤੀ ਤੇ ਪਾਣੀ ਦੇ ਵਿੱਚ ਤੈਰ ਤੈਰ ਕੇ ਜਿਹੜੀਆਂ ਡੈਡ ਬਾਡੀਜ਼ ਲੱਭਣ ਦੀ ਕੋਸ਼ਿਸ਼ ਕੀਤੀ ਤੇ ਚਾਰ ਲੋਕਾਂ ਦੀਆਂ ਡੈਡ ਬਾਡੀਜ਼ ਉਸ ਦੇ ਵਿੱਚ ਮਿਲੀਆਂ ਇਸ ਤੂਫਾਨ ਦੀ وجہ ਦੇ ਨਾਲ ਜਿਹੜੀਆਂ ਮਾਲ ਪੈਂਸਾਈ ਰਿਪੋਰਟ ਪੈਂਦਾ ਹੈ ਉਹਦੀ ਵੀ ਜਿਹੜੀਆਂ ਫਲਾਈਟਸ ਵਗੈਰਾ ਹਨ ਉਹਦੇ ਸੰਚਾਲਨ ਦੇ ਵਿੱਚ ਵੀ ਕੁਝ ਪ੍ਰੋਬਲਮ ਆਈਆਂ ਹਨ। ਬਾਕੀ ਹੁਣ ਧੰਨਵਾਦ ਕਰੀਏ ਜੀ ਸਰਿੰਦਰ ਜਗਪਾਲ ਗੁਰਮਿੰਦਰ ਸਿੰਘ ਪ੍ਰਮਾਰ, ਜਗਤਾਰ ਸਿੰਘ, ਅਜੀਤ ਜੰਡੂ, ਮੁਹੰਮਦ ਅਮੀਰ, ਮਨਜੀਤ ਕੌਰ, ਮੀਨਾ ਸਾੰਪਲਾ, ਹਰਦੀਪ ਕੌਰ, ਕਿਰਪਾਲ ਸਿੰਘ, ਸਤਪਾਲ, ਇੰਦਰਜੀਤ ਚਾਹਲ, ਇਹਨਾਂ ਦੇ ਅਗੇ ਜਸਪਾਲ ਸਿੰਘ, ਇੰਡੀਆ ਬਾਜ਼ਾਰ ਬੁਲਜਾਨੋ, ਹਰਜੀਤ ਮਲਤਾਨੀ, ਅਮਨ ਕੁਮਾਰ ਅਗੇ ਹੈ ਜੀ ਬਲਜਿੰਦਰ ਸਿੰਘ ਭੰਡਾਲ ਲਪ੍ਰੀਤ ਸਿੰਘ ਕੁਲਵਿੰਦਰ ਕੋਲਨੂਪਕੌਰ ਨਿਰਮਲ ਸਿੱਧੂ ਪੂਨਮ ਦੇਵੀ ਮੁਹੰਮਦ ਸਾਜਦ ਗੁਰਿੰਦ ਗੁਰਨਿੰਦਰ ਸਿੰਘ ਸਿੰਘ ਗਗਨਦੀਪ ਸਿੰਘ ਸੈਮਸੈਣੀ ਮਨੀ ਸੰਦੂ ਹਰਲੀਨ ਕੌਰ ਅਗੇ ਹੈ ਜੀ ਅਮਰਜਿਤ ਸਿੰਘ ਇਕਵਾਲ ਸਿੰਘ ਤੇਜਸਵੀਰ ਸਿੰਘ ਇਹਨਾਂ ਸਾਰੇ ਵੀਰਾਂ ਦਾ ਭੈਣਾ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਜਿਹੜੇ ਕਮੈਂਟ ਕੀਤੇ ਤੇ ਨੈਕਸਟ ਵੀਡੀਓ ਵਿੱਚ ਵੀ ਉਹਨਾਂ ਲੋਕਾਂ ਦੇ ਜਿਹੜੇ ਨਾਮ ਜ਼ਰੂਰ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੇ ਕਮੈਂਟ ਜਿਹੜੇ ਇਸ ਵੀਡੀਓ ਉੱਤੇ ਆਉਂਦੇ ਹਨ ਲਾਸਟ ਵੀਡੀਓ ਦੇ ਉੱਤੇ ਲਾਸਟ 24 ਘੰਟੇ ਦੇ ਵਿੱਚ ਬਾਕੀ ਅੱਜ ਦਾ ਸਵਾਲ ਹੈ ਕਿ ਜਿੱਦਾਂ ਕਿ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਜਿਹੜਾ ਇਟਲੀ ਚੰਗਾ ਲੱਗ ਰਿਹਾ ਹੈ ਜਾਂ ਤੁਸੀਂ ਕਿਹੜੇ ਦੇਸ਼ ਦੇ ਵਿੱਚ ਜਾਣਾ ਚਾਹੁੰਦੇ ਹੋ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕੋ ਯੂਕੇ ਕੈਨੇਡਾ ਜਾਂ ਕੋਈ ਹੋਰ ਦੇਸ਼ ਜਾਂ ਇਟਲੀ ਬਾਕੀ ਵੀਡੀਓ ਨੂੰ ਇੱਥੇ ਸਮਾਪਤ ਕਰਦੀ ਹਾਂ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ